ਸਾਹਿਬ ਸਤਿ ਸ਼੍ਰੀ ਅਕਾਲ। ਮੈਂ ਕਿਹਾ ਅਸੀਂ ਸਮਾਨ ਨਹੀਂ ਵੇਚਣਾ ਕੋਈ ਵੀ, ਬਸ ਬੇਨਤੀ ਕਰਨ ਆਏ ਹਾਂ। 1 ਤਰੀਕ ਨੂੰ ਇੱਕ ਜੂਨ ਨੂੰ ਵੋਟਾਂ, ਸਾਰਿਆਂ ਨੇ ਵੋਟ ਪਾਉਣ ਜ਼ਰੂਰ ਜਾਣਾ, ਜਿਹਨੂੰ ਮਰਜ਼ੀ ਪਾਓ। 1 ਤਰੀਕ ਨੂੰ ਜੋ ਸੰਵਿਧਾਨ ਨੇ ਹੱਕ ਦਿੱਤਾ ਆ ਆਪਾਂ ਛੱਡਣਾ ਨਹੀਂ, ਪਾਉਣੀ ਜ਼ਰੂਰ ਵੋਟ ਆਪਾਂ। ਠੀਕ ਹੈ ਜੀ, ਅੱਗੇ ਗੱਲ ਕਰੀਏ ਜਾ ਕੇ। 1 ਤਰੀਕ ਨੂੰ ਵੋਟਾਂ ਆਪਾਂ ਪਾਵਾਂਗੇ। ਸਤਿ ਸ਼੍ਰੀ ਅਕਾਲ ਜੀ, ਅਸੀਂ ਕੋਈ ਸਮਾਨ ਵੇਚਣ ਨਹੀਂ ਆਏ, ਅਸੀਂ ਸਿਰਫ ਤੁਹਾਨੂੰ ਮਿਲਣ ਆਏ ਹਾਂ। 1 ਜੂਨ ਨੂੰ ਕੀ ਆ ਇੰਡੀਆ 'ਚ, ਪੰਜਾਬ 'ਚ ਵੋਟਾਂ, ਆਪਾਂ ਸਾਰਿਆਂ ਨੇ ਵੋਟ ਜ਼ਰੂਰ ਪਾਉਣੀ ਆ, ਜਿਹਨੂੰ ਮਰਜ਼ੀ ਪਾਓ, ਤੁਹਾਡੀ ਆਪਣੀ ਇੱਛਾ ਆ, ਅਸੀਂ ਨਹੀਂ ਕਹਿੰਦੇ ਕਿਹਨੂੰ ਪਾਓ। ਪਰ 1 ਤਰੀਕ ਨੂੰ ਛੁੱਟੀ ਨਹੀਂ ਮਨਾਉਣੀ, ਵੋਟ ਪਾ ਕੇ ਫਿਰ ਭਾਵੇਂ ਛੁੱਟੀ ਮਨਾਉਣੀ ਆ, ਘਰਦਿਆਂ ਨੂੰ ਨਾਲ ਲੈ ਕੇ ਜਾਣਾ, ਵੋਟ ਪਾਉਣ ਲਈ ਆਪਣਾ ਜ਼ਰੂਰ ਲੈ ਕੇ ਜਾਣਾ, ਜੋ ਵੀ ਤੁਹਾਡਾ ਸ਼ਨਾਖਤੀ ਕਾਰਡ ਆ। ਆਪਾਂ 1 ਤਰੀਕ ਨੂੰ ਵੋਟਾਂ ਪਾਵਾਂਗੇ। ਹਾਂਜੀ ਭੈਣ ਜੀ, ਵੋਟ ਬਣੀ ਜੀ, 1 ਤਰੀਕ ਨੂੰ ਵੋਟਾਂ ਉੱਚੀ ਪਾਵਾਂਗੇ। ਹਾਂਜੀ ਤੁਸੀਂ ਨਮਸਕਾਰ, ਸਤਿ ਸ਼੍ਰੀ ਅਕਾਲ, ਕਿਆ ਹਾਲ ਹੈ? ਠੀਕ ਹੋ? ਕਹਾਂ ਜਾ ਰਹੇ ਹੋ? ਬਿਹਾਰ ਜੀ। ਬਿਹਾਰ ਜਾ ਰਹੇ ਹੋ? ਬਿਹਾਰ ਮੇ ਇਲੈਕਸ਼ਨ ਹੈ, ਹਾਂ ਇਲੈਕਸ਼ਨ ਹੈ, ਪੰਜਾਬ ਮੇ ਵੀ ਇਲੈਕਸ਼ਨ ਹੈ, ਕਬ ਹੈ? 1 ਜੂਨ ਕੋ, ਸਭੀ ਨੇ ਵੋਟ ਜ਼ਰੂਰ ਡਾਲਨੀ ਹੈ। ਵੋਟ ਬਣੀ ਹੈ? ਬਣੀ ਹੋਈ ਹੈ, ਜ਼ਰੂਰ ਡਾਲਨੀ ਹੈ। ਇਹ ਨਹੀਂ ਸਮਝਣਾ ਕਿ ਉਸ ਦਿਨ ਛੁੱਟੀ ਹੈ, ਕਿਉਂ ਭਾਜੀ? ਹਾਂਜੀ ਮਹਾਰਾਜ, ਪੰਜਾਬ 'ਚ ਵੋਟਾਂ ਕਦੋਂ ਆ? 1 ਜੂਨ ਨੂੰ ਮਾਤਾ ਜੀ ਵੋਟ ਡਾਲਨੀ ਹੈ, ਆਪਾਂ ਵੋਟਾਂ ਸਾਰਿਆਂ ਨੇ ਜਿਹਨੂੰ ਮਰਜ਼ੀ ਪਾਓ ਪਰ ਵੋਟਾਂ ਪਾਉਣੀਆਂ। 1 ਜੂਨ ਨੂੰ ਪੰਜਾਬ 'ਚ ਵੋਟਾਂ, ਸਾਰਿਆਂ ਨੇ ਵੋਟ ਜ਼ਰੂਰ ਪਾਉਣੀਆਂ, ਜਿਹਨੂੰ ਮਰਜ਼ੀ ਪਾਓ, ਜਿਹਨੂੰ ਮਰਜ਼ੀ ਪਾਓ, ਵੋਟ ਜ਼ਰੂਰ ਪਾਉਣੀਆਂ। ਪਰ ਤੁਸੀਂ ਵੀ ਵੋਟ ਜ਼ਰੂਰ ਪਾਉਣੀਆਂ ਪਾਉਣੀਆਂ। ਭਾਈ ਫੁਰਤੀ 'ਚ ਆਪਾਂ ਇੱਕ ਵਾਰੀ ਅੰਦਰ ਵੀ ਜਾ ਕੇ ਕਰ ਆਉਂਦੇ ਹਾਂ। ਉਹ ਭਰਾਵਾ ਹੋਈ ਸਰ ਜੀ, ਵੋਟ ਜ਼ਰੂਰ ਡਾਲਨੀ ਹੈ, ਪੱਕਾ ਡਾਲੋਗੇ ਨਾ? ਵੋਟ ਡਾਲਨੀ ਹੈ, ਕਿਸ ਕੋ ਡਾਲਨੀ ਹੈ ਤੁਹਾਡੀ ਮਰਜ਼ੀ ਹੈ, ਪਰ ਡਾਲਨੀ ਜ਼ਰੂਰ ਹੈ। ਵੋਟ ਡਾਲੋਗੇ? ਹਾਂ ਪੱਕਾ ਡਾਲੋਗੇ, ਮੌਕਾ ਹੀ ਹੈ। ਉਹਨੂੰ ਲੈ ਲੈਂਦੇ ਹੋ ਪਤਾ ਜਾਂਦੀ ਪਈ। ਭਾਈ ਸਾਹਿਬ ਕਿੱਥੇ ਜਾ ਰਹੇ ਹੋ? ਮਾਤਾ ਜਾ ਰਹੇ ਹੋ? ਟ੍ਰੇਨ ਤੇ ਜਾ ਰਹੇ ਹੋ? ਹਾਂਜੀ ਬੱਸ ਤੇ ਜਾਣਾ, ਆਏ ਤਾਂ ਟ੍ਰੇਨ ਤੇ ਹੋ? ਤੇ ਆਪਾਂ ਕਿਹੜੇ ਪਿੰਡੋਂ ਆਏ ਆ? ਪੰਜਾਬ 'ਚ ਹੀ ਹਾਂ। ਹਾਂਜੀ ਪੰਜਾਬ 'ਚ ਵੋਟਾਂ ਕਦੋਂ ਆ? ਜਿਹੜੀ ਤਰੀਕ ਨੂੰ ਤੁਸੀਂ ਕਹਿ ਰਹੇ ਹੋ 1 ਜੂਨ ਨੂੰ, 1 ਜੂਨ ਨੂੰ ਸਾਰਿਆਂ ਨੇ ਵੋਟ ਜ਼ਰੂਰ ਪਾਉਣੀ ਆ। ਇਹ ਨਹੀਂ ਸਮਝਦਾ ਵੀ ਐਤਵਾਰ ਆ, ਛੁੱਟੀ ਆ, ਟੀਵੀ ਦੇਖਦੇ ਆ, ਵੋਟ ਪਾਉਣ ਆਪਾਂ ਜ਼ਰੂਰ ਜਾਣਾ, ਜਿਹਨੂੰ ਮਰਜ਼ੀ ਪਾਓ, ਇਸ ਤਰ੍ਹਾਂ ਸਾਨੂੰ ਕੋਈ ਫਰਕ ਨਹੀਂ ਪੈਂਦਾ। ਪਰ ਇਹ ਆ ਵੀ ਜੋ ਸੰਵਿਧਾਨ ਨੇ ਆਪਾਂ ਨੂੰ ਹੱਕ ਦਿੱਤਾ ਆ, ਵੋਟ ਆਪਾਂ ਨੂੰ ਜ਼ਰੂਰ ਪਾਉਣੀ ਚਾਹੀਦੀ ਆ। ਇੱਕ ਵਾਰੀ ਸਾਰੇ ਆਪਾਂ ਹੱਥੇ ਗੱਲ ਕਰਕੇ ਕਹਾਂਗੇ ਨਾ, ਵੋਟਾਂ ਆਪਾਂ ਜ਼ਰੂਰ ਪਾਵਾਂਗੇ, ਵੋਟਾਂ ਆਪਾਂ ਜ਼ਰੂਰ ਪਾਵਾਂਗੇ। ਬੋਲੋ, ਜ਼ੋਰ ਜ਼ੋਰ ਸੇ ਬੋਲੋ, ਹਾਂ ਵੋਟ ਹਮ ਜ਼ਰੂਰ ਡਾਲੇਂਗੇ। ਇਹੀ ਇਹਦੇ ਨਾਲ ਦੀ ਆ, ਸਾਰੇ ਟਿਕਟਾਂ ਰਿਜ਼ਰਵ ਕਰਾਉਣ ਲਈ ਬੁੱਕ ਹੋ, ਟਿਕਟਾਂ ਲਈ ਲਾਈਨ 'ਚ ਲੱਗੇ ਹੋ ਕਿ ਟ੍ਰੇਨ ਦੇ ਵਿੱਚ ਆਪਾਂ ਨੂੰ ਸੀਟ ਮਿਲ ਜਾਵੇ,
1 ਜੂਨ ਨੂੰ ਪੰਜਾਬ 'ਚ ਇਲੈਕਸ਼ਨ ਵੀ ਆ ਰਹੀ ਆ, ਆਪਾਂ ਸਾਰਿਆਂ ਦੇ ਵੋਟ ਜ਼ਰੂਰ ਪਾਉਣੀ ਆ, ਜਿਹਨੂੰ ਮਰਜ਼ੀ ਪਾਓ, ਤੁਹਾਡੀ ਆਪਣੀ ਇੱਛਾ ਆ, ਸਾਡੇ ਵੱਲੋਂ ਕੋਈ ਨਹੀਂ ਹੈਗਾ, ਪਰ ਪਾਉਣੀ ਜ਼ਰੂਰ ਆ। ਇਹ ਨਾ ਸਮਝਦੀ ਹੋਵੇ 1 ਜੂਨ ਨੂੰ ਛੁੱਟੀ ਆ, ਟੀ ਵੀ ਦੇਖਾਂਗੇ, ਇੰਜੋਏ ਕਰਾਂਗੇ ਘਰ ਬਹਿ ਕੇ, 5 ਮਿੰਟ ਕੱਢ ਕੇ 10 ਮਿੰਟ ਕੱਢ ਕੇ ਵੋਟ ਪਾਉਣ ਜ਼ਰੂਰ ਜਾਓ, ਤਾਂ ਕਿ ਆਪਾਂ ਸੰਵਿਧਾਨ ਦਾ ਜੋ ਹੱਕ ਮਿਲਿਆ ਆਪਾਂ ਪੂਰਾ ਕਰ ਸਕੀਏ। ਪਾਵਾਂਗੇ ਪੱਕਾ ਆਪਾਂ ਸਾਰੇ ਵੋਟਾਂ, ਯਾਰ ਉੱਚੀ ਬੋਲੋ ਯਾਰ, ਭਾਜੀ ਆਪਾਂ ਸਾਰੇ ਵੋਟਾਂ, ਉੱਚੀ ਆਪਾਂ ਸਾਰੇ ਵੋਟਾਂ ਪਾਵਾਂਗੇ। ਮੈਂ ਪ੍ਰੀਤ ਕੋਹਲੀ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਕੰਮ ਜ਼ਿਲ੍ਹਾ ਸਵੀਪ 'ਚ ਨੋਡਲ ਆਫਿਸਰ, ਮਾਨਯੋਗ ਸ਼੍ਰੀਮਤੀ ਕੋਮਲ ਮਿੱਤਲ, ਡਿਪਟੀ ਕਮਿਸ਼ਨਰ, ਕੰਮ ਜ਼ਿਲ੍ਹਾ ਚੋਣ ਅਫਸਰ ਹੁਸ਼ਿਆਰਪੁਰ ਜੀ ਦੀ ਅਗਵਾਈ ਵਿੱਚ, ਜਿਵੇਂ ਕਿ ਸਾਨੂੰ ਹੁਕਮ ਹੋਇਆ ਹੈ ਪੰਜਾਬ ਚੋਣ ਕਮਿਸ਼ਨਰ ਜੀ ਵੱਲੋਂ, ਕਿ ਅਸੀਂ ਪੰਜਾਬ ਦੇ ਵਿੱਚ ਜੋ ਵੋਟਿੰਗ ਪਰਸੈਂਟੇਜ ਹੈ ਉਹਨੂੰ 70 ਤੋਂ ਪਾਰ ਲੈ ਕੇ ਜਾਣਾ ਹੈ। ਇਸ ਵਾਰ 70 ਪਾਰ, ਜੋ ਕਿ ਟੀਚਾ ਹੈ ਪੰਜਾਬ ਦੇ ਵਿੱਚ ਵੋਟਿੰਗ ਦਾ, ਅਸੀਂ ਉਸਨੂੰ ਅੱਗੇ ਲਿਜਾਣ ਦੇ ਵਿੱਚ, 70 ਪਾਰ ਦਾ ਨਤੀਜਾ ਪਾਉਣ ਦੇ ਵਿੱਚ ਕੋਸ਼ਿਸ਼ਾਂ ਸਾਡੀਆਂ ਜਾਰੀ ਨੇ। ਇਸ ਦੇ ਅਧੀਨ ਸਵੀਪ ਗਤੀਵਿਧੀਆਂ ਲੋਕਾਂ ਨੂੰ ਵੋਟਾਂ ਲਈ ਜਾਗਰੂਕ ਕਰਨ ਲਈ ਮੈਂ ਖੁਦ ਵੱਖਰੇ ਵੱਖਰੇ ਅੰਦਾਜ਼ ਅਪਣਾਉਣ ਦੀ ਕੋਸ਼ਿਸ਼ ਕਰਦਾ, ਕਦੀ ਰੇਲਵੇ ਸਟੇਸ਼ਨ ਦੇ ਵਿੱਚ ਚੱਲਦੀ ਟ੍ਰੇਨ ਦੇ ਵਿੱਚ, ਕਦੀ ਬੁਕਿੰਗ ਕਰਾਉਣ ਵਾਲੇ ਲੋਕਾਂ ਦੇ ਵਿੱਚ, ਔਰ ਇਸ ਤੋਂ ਇਲਾਵਾ ਬੱਸ ਸਟੈਂਡ 'ਤੇ ਡਫਲੀ ਵਜਾ ਕੇ, ਗਾਣੇ ਗਾ ਕੇ ਬੱਸਾਂ ਦੇ ਵਿੱਚ, ਜਿਵੇਂ ਕਿ ਸਮਾਨ ਵੇਚਦੇ ਹਨ, ਇਵੇਂ ਲੋਕਾਂ ਨੂੰ ਵੱਧ ਤੋਂ ਵੱਧ ਆਕਰਸ਼ਿਤ ਕੀਤਾ ਜਾਵੇ, ਉਹਨਾਂ ਨੂੰ ਵੋਟ ਦੇ ਹੱਕ ਦੇ ਪ੍ਰਤੀ, ਵੋਟ ਦੇ ਅਧਿਕਾਰ ਦੇ ਪ੍ਰਤੀ ਜਾਗਰੂਕ ਕੀਤਾ ਜਾਵੇ, ਤਾਂ ਕਿ ਉਹਨਾਂ ਦਾ ਜੋ ਨਜ਼ਰੀਆ ਹੈ ਵੋਟਿੰਗ ਨਾ ਪਾਉਣ ਦੇ ਪ੍ਰਤੀ ਉਹਨੂੰ ਬਦਲਿਆ ਜਾ ਸਕੇ, ਵੋਟਿੰਗ ਪਰਸੈਂਟੇਜ ਵਧਾਈ ਜਾ ਸਕੇ। ਇਸ ਦੇ ਲਈ ਦਿਨ ਰਾਤ ਕੋਸ਼ਿਸ਼ਾਂ ਜਾਰੀ ਨੇ। ਅਸੀਂ ਜ਼ਿਲ੍ਹਾ ਪੱਧਰ ਦੇ ਉੱਪਰ ਕਈ ਤਰ੍ਹਾਂ ਦੀਆਂ ਐਕਟੀਵਿਟੀਜ਼ ਕਰਵਾਈਆਂ ਨੇ, ਇੱਕ ਅਸੀਂ ਸਾਈਕਲ ਰੇਸ ਵੀ ਕਰਵਾਈ ਹੈ, ਮੈਰਾਥਨ ਕਰਵਾਈ ਹੈ, ਇਸ ਤੋਂ ਇਲਾਵਾ ਵੱਖਰੇ ਵੱਖਰੀਆਂ ਹੋਰ ਕਈ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਨੇ, ਕਈ ਤਰ੍ਹਾਂ ਦੇ ਸੈਮੀਨਾਰ ਕਰਵਾਉਂਦੇ ਹਾਂ, ਔਰ ਕੋਸ਼ਿਸ਼ ਜਾਰੀ ਹੈ ਕਿ ਅਸੀਂ ਉੱਥੇ ਉੱਥੇ ਪਹੁੰਚੀਏ ਜਿੱਥੇ ਜਿੱਥੇ ਵੀ ਸਾਡੀ ਕੋਈ ਇੱਕ ਵੀ ਵੋਟ ਮੌਜੂਦ ਹੈ, ਤਾਂ ਕਿ ਕੋਈ ਵੀ ਵੋਟ ਰਹਿ ਨਾ ਜਾਵੇ। ਉਹਨਾਂ ਦੇ ਸਮੇਂ ਦੇ ਵਿੱਚ ਵੱਖ ਵੱਖ ਕਾਲਜਾਂ ਦੇ ਵਿੱਚ, ਵੱਖ ਵੱਖ ਸੰਸਥਾਵਾਂ ਦੇ ਵਿੱਚ, ਭੱਠਿਆਂ ਦੇ ਉੱਪਰ, ਜਿੱਥੇ ਕਿਤੇ ਵੀ ਲੋਕ ਸਾਨੂੰ ਮਿਲਦੇ ਨੇ, ਅਸੀਂ ਉਹਨਾਂ ਨੂੰ ਵੱਖ ਵੱਖ ਤਰੀਕੇ ਨਾਲ, ਕਿਸੇ ਨਾ ਕਿਸੇ ਤਰੀਕੇ ਨਾਲ ਆਕਰਸ਼ਿਤ ਕਰਾ ਕੇ ਉਹਨਾਂ ਨੂੰ ਵੋਟ ਦੇ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਸਾਡਾ ਇੱਕੋ ਹੀ ਮਕਸਦ ਹੈ ਕਿ ਵੋਟਿੰਗ ਪਰਸੈਂਟੇਜ ਹੁਸ਼ਿਆਰਪੁਰ ਜ਼ਿਲ੍ਹੇ ਦੀ ਇਸ ਵਾਰ 70 ਪਾਰ ਜ਼ਰੂਰ ਹੋਵੇ, ਤਾਂ ਕਿ ਅਸੀਂ ਵੀ ਕਹਿ ਸਕੀਏ ਹੁਸ਼ਿਆਰਪੁਰੀਏ ਵੀ ਹੁਸ਼ਿਆਰ ਨੇ, ਆਪਣੀ ਵੋਟ ਦੇ ਪ੍ਰਤੀ ਸਜਗ ਨੇ, ਵੋਟ ਆਪਣੇ ਹੱਕ ਦੇ ਪ੍ਰਤੀ ਹਮੇਸ਼ਾ ਇਮਾਨਦਾਰ ਨੇ, ਅਤੇ ਵੋਟਾਂ ਪਾਉਣ ਵੇਲੇ ਕਦੇ ਵੀ ਪਿੱਛੇ ਨਹੀਂ ਹਟਦੇ। ਸਾਡੀ ਇਹੀ ਉਮੀਦ ਹੈ ਇਸ ਵਾਰ 70 ਪਾਰ।